ਅਸੀਂ ਵਾਪਸ ਘੁੰਮ ਕੇ ਤੁਹਾਡੇ ਉੱਥੇ ਆ ਗਏ ਜਗ੍ਹਾ 'ਤੇ ਜਿੱਥੇ ਬਚਪਨ 'ਚ ਖੇਡਦੇ ਰਹੇ ਹੋ, ਕੋਈ ਯਾਦਾਂ ਇਹੋ ਜਿਹੀਆਂ ਜੀ? ਕੋਈ ਕਦੀ ਜ਼ਿਆਦਾ ਖੇਡਣ ਕਰਕੇ ਕੁੱਟ ਪਈ ਹੋਵੇ? ਕਿਉਂਕਿ ਆਮ ਤੌਰ 'ਤੇ ਹੁੰਦਾ ਬੱਚੇ ਜਿਹੜੇ ਆ ਨਿਕਲਦੇ ਨੇ ਘਰੋਂ ਖੇਡਣ ਅਤੇ ਸ਼ਾਮ ਤੱਕ ਮੁੜਦੇ ਨਹੀਂ, ਫਿਰ ਮਾਵਾਂ ਕੁੱਟ ਕੇ ਲੈ ਕੇ ਜਾਂਦੀਆਂ। ਮੈਂ ਨਾ ਜ਼ਿਆਦਾ ਜਦੋਂ ਸਕੂਲ ਉਹ ਆਉਂਦੇ ਸੀਗੇ ਥੋੜ੍ਹਾ ਜਿਹਾ ਨਿਆਣੇ ਜਦੋਂ ਮੇਰੀ ਉਮਰ ਦੇ ਨਾਲ ਖੇਡ ਕੇ ਨਾ ਮੈਂ ਸਿੱਧਾ ਕੰਮ 'ਤੇ ਚੱਲ ਜਾਂਦਾ ਸੀਗਾ, ਪੱਠੇ ਮੁੜਮੁੜ ਕਰ ਨੂੰ ਸਾਡੇ ਹਾਂਜੀ ਘਰ ਦੇ ਕੰਮ। ਉਹ ਮੇਰੇ ਖਿਆਲ ਉਹਦੇ ਕਰਕੇ ਅਸੀਂ ਬਾਹਰ ਜਾ ਕੇ ਕਾਮਯਾਬ ਹੋਏ ਕਰਕੇ ਨਿੱਕੀ ਉਮਰੀ। ਮੇਰੇ ਆਪਣੇ ਨਿਆਣੇ ਜਦੋਂ 10-12 ਸਾਲ ਦੇ ਸੀਗੇ ਉਸਦੇ ਉਹਨਾਂ ਨੇ ਲਿਜਾਣ ਲੱਗ ਪਿਆ ਸੀਗਾ ਕੰਮ ਦੇ ਨਾਲ। ਉੱਥੇ ਜਿੱਥੇ ਤੁਸੀਂ ਬਚਪਨ 'ਚ ਖੇਡੇ ਹੋ ਉੱਥੇ ਬਹਿੰਦੇ ਥੋੜ੍ਹੀ ਦੇਰ? ਇੱਥੇ ਬਹਿੰਦੇ ਹੁੰਦੇ ਜੀ। ਅੱਛਾ, ਇੱਥੇ ਬਹਿੰਦੇ ਸਾਰੇ? ਟ੍ਰੀ ਵੀ ਬੜਾ ਪੁਰਾਣਾ ਹੋਏਗਾ। ਬਹੁਤ ਪੁਰਾਣਾ ਸਾਲ, ਬਹੁਤ ਜ਼ਿਆਦਾ ਪੁਰਾਣੀ ਆ, ਮੈਨੂੰ ਪਤਾ ਵੀ ਨਹੀਂ ਕਿੰਨੀ ਪੁਰਾਣੀ ਹੋ ਗਈ। ਹਾਂਜੀ ਜ਼ਿਆਦਾ ਹੋ ਗਿਆ। ਹਾਂਜੀ ਬੜੀ ਕਿਰਪਾ, ਦੇਖੋ ਕਿੱਦਾਂ ਹੈ ਕੀਤੀ ਹੋ ਨਾ। ਹਾਂ ਪੁਰਾਣੀ ਸਦੀਆਂ ਦੇਖੋ ਕਿੰਨੇ, ਸਭ ਤੋਂ ਵੀ ਬੜੇ ਸਭ ਤੋਂ ਜੜੀ ਉਹਦੇ ਗਾਹ ਬਹੁਤ ਜ਼ਿਆਦਾ ਹੈ ਨਾ। ਵੀ ਲੱਕੀ ਫੋਰੈਸਟ ਕਵਰ ਵੀ ਬੜਾ ਖਤਮ ਹੋ ਰਿਹਾ ਅਤੇ ਆ ਟ੍ਰੀ ਕਿੰਨਾ ਪਿੰਡ ਦੇ ਵਿੱਚ। ਹਾਂਜੀ ਉਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਸਾਡੇ ਮੇਰੇ ਭਤੀਜੇ ਆ ਬਿੱਲੂ ਤਾਂ ਬਿੰਦਾ, ਉਹਨੇ ਆਪਾਂ ਘਰ ਉੱਥੇ ਜਦੋਂ ਪਹਿਲਾਂ ਅਸੀਂ ਮਿਲੇ ਸੀ ਹੁਣ ਉੱਥੇ ਜਾਣਾ ਤਾਂ ਉਹਨੇ ਖੇਤ ਦੇ ਵਿੱਚ ਟ੍ਰੀਆਂ ਲਵਾਈਆਂ ਤਾਂ ਜਦੋਂ ਟ੍ਰੀਆਂ ਹੋਏ ਨੇ ਤਾਂ ਉਹ ਛੋਟੇ ਛੋਟੇ ਆ ਤਾਂ ਉਹ ਫਿਰ ਸਾਰੇ ਆਲੇ ਦੁਆਲੇ ਪਿੰਡਾਂ ਨੂੰ ਮਨ ਸਕੂਲਾਂ ਵਿੱਚ ਵੀ ਸਾਰੇ ਲਵਾਉਂਦੇ ਉਹ। ਤੁਸੀਂ ਦੇਖ ਦਿਓ ਇੰਗਲੈਂਡ ਇੰਨਾ ਗ੍ਰੀਨ ਹੈ, ਇੰਨਾ ਹਰ ਜਗ੍ਹਾ, ਔਰ ਪਲਾਂਟਸ ਨੂੰ ਉੱਥੇ ਕੱਟ ਨਹੀਂ ਸਕਦੇ। ਹਾਂਜੀ ਇੱਥੇ ਦੇਖੋ, ਇੱਥੇ ਜੋ ਵੀ ਆਉਂਦਾ ਕੋਈ ਇੱਥੇ ਕੋਈ ਹੈ ਨਹੀਂ, ਅਵੇਅਰਨੈਸ ਨਹੀਂ, ਬੱਚਿਆਂ ਨੂੰ ਕਹਿੰਦੇ ਰੁੱਖ ਲਗਾਓ, ਇਹ ਕਰੋ ਸਕੂਲਾਂ 'ਚ। ਤੁਹਾਨੂੰ ਮੈਂ ਥੋੜ੍ਹੀ ਜਿਹੀ ਦੱਸਦਾ ਗੱਲ, ਚਲੋ ਜੋ ਹੋਇਆ ਮੈਂ ਉਹ ਬੀਤੇ ਉਹ ਦੱਸਦਾ। ਮੈਂ ਜਦੋਂ ਪਹਿਲੀ ਵਾਰ ਆਇਆ ਸੀਗਾ ਨਾ, ਮੈਂ ਨਹੀਂ ਕਹਿੰਦਾ ਆਪਾਂ ਜੋ ਪਹਿਲੀ ਵਾਰ ਆਇਆ ਸੀ ਤਾਂ ਅਸੀਂ ਉੱਤਰੇ ਸਾਡੇ ਹਵੇਲੀ ਆ ਪਾਲੇ ਪਾਸੇ, ਉੱਥੇ ਪਿਛਲੇ ਨਾ ਜਦੋਂ ਅਸੀਂ ਧੁੱਪੇ ਬੈਠਦੇ ਛਾਂ ਟ੍ਰੀਆਂ ਛਾਂ ਰੋਕਦੀਆਂ ਸੀਗੀਆਂ ਤਾਂ ਮੈਨੂੰ ਪਤਾ ਨਾ ਸੀਗਾ ਵੀ ਇੱਥੇ ਥੋੜ੍ਹੇ ਬਹੁਤ ਲੋ ਹੈਗਾ। ਉਹ ਮੈਂ ਮੁੰਡਿਆਂ ਨੂੰ ਕਹਿ ਕੇ ਨਾ ਸਾਡੀਆਂ 6 ਦੀਆਂ 6 ਬਣਾ ਦਿੱਤੀਆਂ ਤਾਂ ਮੈਨੂੰ ਪਤਾ ਨਾ ਸੀਗਾ, ਇਹਨੀ ਜੀ ਪੰਚਾਇਤ ਨੇ ਮੈਨੂੰ ਬੁਲਾ ਲਿਆ ਇੱਥੇ ਜਿੱਥੇ ਬੈਠੇ ਸੀਗੇ ਇੱਧਰ ਪਰਲੇ ਪਾਸੇ ਤਾਂ ਮੈਨੂੰ ਕਹਿੰਦੇ ਟ੍ਰੀਆਂ ਵੱਡੀਆਂ। ਮੈਂ ਕਿਹਾ ਹਾਂਜੀ ਵੱਡੀਆਂ। ਕਹਿੰਦੇ ਕਾਹਦੇ ਵੱਡੀਆਂ? ਮੈਂ ਕਿਹਾ ਉਹ ਛਾਂ ਇੱਧਰ ਰੋਕ ਜਾ। ਕਹਿੰਦੇ ਤੈਨੂੰ ਪਤਾ ਇਹ ਅਗੇਂਸਟ ਰੂਲ, ਤੁਸੀਂ ਤਾਂ ਵੱਢ ਨਹੀਂ ਸਕਦੇ। ਮੈਂ ਕਿਹਾ ਮੈਨੂੰ ਪਤਾ ਨਾ ਸੀਗਾ, ਇਹ ਤੋਂ ਗਲਤੀ ਹੋ ਗਈ ਵੀ ਗਾਹਾਂ ਨਹੀਂ ਵੱਢਦੇ। ਕਹਿੰਦੇ ਚੱਲ ਤੈਨੂੰ ਮਾਫ਼ੀ। ਫਿਰ ਟ੍ਰੀਜ਼ ਲਾਏ ਉਸ ਤੋਂ ਬਾਅਦ? ਲਾਏ ਭਾਅ ਜੀ, ਬਹੁਤ ਟ੍ਰੀਜ਼ ਲਾਏ, ਬਹੁਤ ਟ੍ਰੀਜ਼ ਲਾਏ। ਇੰਗਲੈਂਡ ਵੀ ਅਸੀਂ ਟ੍ਰੀਜ਼ ਲਾਉਣੇ ਆ, ਇੱਥੇ ਲਵਾਏ ਆ, ਬਹੁਤ ਇੱਦਾਂ ਦਾ ਕੰਮ ਤਾਂ ਕੀਤਾ। ਅੱਛਾ ਪਿੰਡ ਦੀ ਹੋਰ ਕੀ ਕੰਮ ਕੀਤਾ ਤੁਸੀਂ ਜਦ ਪਿੰਡ ਆਉਣਾ ਸ਼ੁਰੂ ਕੀਤਾ ਜੀ? ਕੀ ਕਰ ਚੁੱਕੇ ਹੋ ਫਿਲਹਾਲ? ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਆਪਣੇ ਦੂਜੇ ਬਾਰੇ ਬਿਜਲੀ ਬਾਰੇ ਨਿਆਣੇ ਹੁੰਦੇ ਸੀ ਉਹ ਕਰਾਈ ਸੀ ਆਪਾਂ ਘਰ ਬਹੁਤ ਪਹਿਲੇ। ਪੂਰੇ ਪਿੰਡ ਤੁਹਾਡੇ ਹੁਣ 24 ਘੰਟੇ ਬਿਜਲੀ ਆ? ਜੀ 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 ਜੀ, ਉਸਦੀ ਕਰਾਈ ਆ। ਪਹਿਲਾਂ ਤਾਂ ਇਕੱਠ ਹੋ ਜਾਂਦਾ ਮੁੜ ਕੇ 100-100 ਕੋਸ ਘਰ ਬਣਾ ਕੇ ਦਿੱਤੇ ਆਪਣੇ ਪਿੰਡ ਵਿੱਚ ਜੀ। ਮੰਦਰ ਵੀ, ਗੁਰੂ ਘਰ ਵੀ, ਅਨਾਲ ਦੇ ਪਿੰਡ ਵੀ 100 ਘਰ ਬਣਾ ਕੇ ਦਿੱਤਾ, ਇੱਧਰ 50 ਘਰ। ਜਦੋਂ ਸੇਵਾ ਆਪਾਂ ਸ਼ੁਰੂ ਕੀਤੀ ਅਸੀਂ ਦੇਖ ਸਾਰਾ ਕੁਛ ਇਸ ਚੀਜ਼ ਆਪਣੇ ਪਿੰਡ ਤੋਂ ਸ਼ੁਰੂ ਕੀਤਾ। ਔਫਿਸ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ, ਚੈਰਿਟੀ ਬਿਗਨਸ ਐਟ ਹੋਮ ਐਟ ਹੋਮ। ਸੋ ਇੱਥੇ ਉਹਦੇ ਇੰਨੀ ਕੁ ਮਹਾਰਾਜ ਸੋਝੀ ਦੇਤੀ ਸੀ। ਅੰਮ੍ਰਿਤਸਰ ਵਿੱਚ ਕੋਟਿਆਂ ਦੀ ਅਸੀਂ ਸੇਵਾ ਕਰਦੇ ਹਾਂ ਜੀ, ਉੱਥੇ ਪੰਜ ਹੀ ਹੁੰਦੇ ਸੀ, ਅੱਖਾਂ ਤੋਂ ਨਹੀਂ ਦੇਖਦਾ ਸੀ ਉਹਨਾਂ ਨੂੰ, ਪਰ ਸਾਡਾ ਪਿਆਰ ਪੈ ਗਿਆ ਸੀਗਾ। ਇਹ ਮੈਨੂੰ ਮੁੰਡੇ ਲੈ ਗਿਆ ਸੀ ਉੱਥੇ, ਫਿਰ ਉਹਨਾਂ ਦੇ ਰੀਫਰਬ ਕੀਤੇ ਸਾਰੇ ਉਹਨਾਂ ਦੇ ਜਿੰਨੇ ਵੀ ਸੀ ਘਰ। ਤਾਂ ਉਹ ਤੋਂ ਬਾਅਦ ਉਹ ਮੈਨੂੰ ਕਹਿੰਦੇ ਸ਼ਿੰਦਾ ਜੀ ਸਾਜੇ ਸ਼ਿੰਦਾ ਸਿੰਘ ਸਾਡੇ ਮੰਦਰ ਹੈ ਨਾ ਰੀਫਰਬ ਕਰਨ ਵਾਲਾ। ਮੈਂ ਕਿਹਾ ਗੱਲੇ ਕੋਈ ਤੁਹਾਡਾ ਨਿਕਨੇਮ ਹੈ ਸ਼ਿੰਦਾ ਸਿੰਘ? ਹਾਂਜੀ ਉਹ ਸ਼ਿੰਦਾ ਸਿੰਘ ਕਹਿੰਦੇ ਹੁੰਦੇ। ਹਾਂਜੀ ਤਾਂ ਮੈਂ ਕਿਹਾ ਗੱਲੇ ਕੋਈ ਜੀ ਦੱਸੋ ਤੁਸੀਂ। ਤਾਂ ਜਦੋਂ ਮੈਨੂੰ ਲੈ ਗਿਆ ਇੱਦਾਂ ਕਿਤੇ ਆ ਵੀ ਕਰਨਾ ਆ ਵੀ ਕਰਨਾ ਮੈਂ ਗੱਲੇ ਕੋਈ, ਤਾਂ ਜਦੋਂ ਅਸੀਂ ਕੰਮ ਸਟਾਰਟ ਕੀਤਾ ਨਾ ਉਹ ਮੈਨੂੰ ਕਹਿੰਦੇ ਇਹ ਵੀ ਕਰਨ ਵਾਲਾ ਆ ਆਹ ਵੀ ਕਰਨ ਵਾਲਾ ਆ। ਉਸ ਸਮੇਂ ਦੇ ਵਿੱਚ ਵੀ ਠੋਕਣ ਅਬਾਊਟ 15-18 ਸਾਲ ਦੀ ਗੱਲ ਆ, ਅਸੀਂ ਕਰਦੇ ਕਰਦੇ 60 ਲੱਖ ਲਾਤਾ। ਅੱਛਾ, ਲੱਗਣਾ 5-6 ਲੱਖ ਹੀ।